ਕਾਕਾ ਚਾਹ ਵਾਲਾ ਜਿਹੜਾ ਕਿ ਲੋਕਾਂ ਨੂੰ ਚਾਹ ਪਿਆਉਂਦਾ ਨਹੀਂ, ਚਾਹ ਖਵਾਉਂਦਾ ਵੀ ਆ। ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ, ਚਾਹੇ ਪੀਓ ਅਤੇ ਕੱਪ ਖਾਓ, ਚਾਹ ਪੀ ਰਹੇ ਕੁਝ ਆ, ਹੁਣ ਚਾਹ ਖਾਓਗੇ ਨਾਲ ਵੀ। ਇਹਦੇ ਪੀ ਰਹੇ ਹਾਂ ਅਤੇ ਇਹਨੂੰ ਥੋੜ੍ਹਾ ਜਿਹਾ ਪੀ ਕੇ ਫਿਰ ਖਾਵਾਂਗੇ ਵੀ ਚਾਹ ਨੂੰ, ਜਿਹੜਾ ਵੀਰ ਉਹਨਾਂ ਨੇ ਕੰਸੈਪਟ ਕੱਢਿਆ ਨਵਾਂ, ਚਾਹ ਪੀਓ ਅਤੇ ਕੱਪ ਖਾਓ। ਬੜੀ ਕਹਿੰਦੇ ਮਸ਼ਹੂਰ ਹੋ ਗਏ ਲੋਕ ਦੂਰ ਦੁਰਾਡੇ ਤੋਂ ਆ ਕੇ ਨਾਲ ਚਾਹਵਾਂ ਪੀਣ ਆਉਂਦੇ ਨੇ, ਕਿਸ ਤਰ੍ਹਾਂ ਜਿਹਾ ਚਾਹ ਪੀ ਇਹ ਸੈਟਅਪ ਖੋਲ੍ਹਿਆ ਜਾਵੇ? ਮਸ਼ਹੂਰ ਤਾਂ ਚਲੋ ਮੈਂ ਨਹੀਂ ਕਹੂੰਗਾ, ਆਪਾਂ ਮਸ਼ਹੂਰ ਨਹੀਂ ਹੋਏ, ਉਹਦੇ ਮਾਲਕ ਦੀ ਰਜਾ ਵਾ ਜੀ। ਆਪ ਦੋ ਚਾਰ ਵੀਰ ਭਰਾ ਆਈ ਜਾਂਦੇ ਆ, ਤੁਸੀਂ ਆਈ ਜਾਂਦੇ, ਜਿੰਨੀ ਮਿਹਰਬਾਨੀ ਆ। ਮੈਂ ਖੁਦ ਆਪ ਲਿਖਦਾ ਵੀ ਹਾਂ ਅਤੇ ਸਿੱਧੂ ਭਾਈ ਹੋਣਾਂ ਦਾ ਬਹੁਤ ਵੱਡੇ ਫੈਨ ਆ ਮੇਰੇ ਭਰਾ ਹੋਣੇ ਵੀ ਅਤੇ ਮੈਂ ਵੀ, ਅਤੇ ਇਹ ਬਸ ਗਾਣਿਆਂ ਦੇ ਹੀ ਹੈਗੇ ਜੀ ਆ, ਸੈਲਫ ਸਟਾਰਟ ਨੇ ਸਰੀਰ ਜੱਟਾਂ ਦੇ ਅਤੇ ਸੈਲਫ ਦਾ ਕੰਮ ਸਾਡੀ ਚਾਹ ਕਰਦੀ। ਇਹ ਮੈਨੂੰ ਵਧੀਆ ਲੱਗੀ ਚੀਜ਼ ਵੀਰ ਹੋਣਾਂ ਦੀ, ਵੀ ਆਪਾਂ ਜਿੱਦਾਂ ਹੁਣ ਇਹਨਾਂ ਪਲਾਸਟਿਕ ਜਿਹੜਾ ਵੇਸਟ ਆ ਉਹ ਵੀ ਘੱਟਦਾ ਵਾ ਆਪਣੇ ਜਿਹੜਾ ਇਨਵਾਇਰਮੈਂਟ, ਉਹਦੇ ਵਾਸਤੇ ਵਧੀਆ ਚੀਜ਼ ਆ। ਚਾਹ ਜਿਹੜੀ ਤਿਆਰ ਕਰਦੇ ਹੋ ਕੋਈ ਵੱਖਰੀ ਤਰ੍ਹਾਂ ਦੇ ਫਲੇਵਰ ਹੁੰਦੇ ਕਿ ਜਾਂ ਆਮ ਚਾਹ ਦੀ ਤਰ੍ਹਾਂ ਹੀ ਜਿਹੜੇ ਚਾਹ ਤਿਆਰ ਕਰਦੇ ਹੋ? ਨਹੀਂ ਸਰ, ਸਾਡੀ ਮੇਨ ਪਟਾਕਾ ਬੱਤੀ ਹੈਗੀ ਜੀ, ਸਭ ਤੋਂ ਮੇਨ ਤੁਹਾਡੇ ਮਸਾਲੇ ਅਤੇ ਸਾਡਾ ਸਪੈਸ਼ਲ ਮਸਾਲਾ ਅਤੇ ਚੋਕਲੇਟ ਫਲੇਵਰ ਅਤੇ ਕੱਪ। ਚਾਹ ਪੀਣ ਦੇ ਨਾਲ ਨਾਲ ਜਿਹੜੇ ਕਿ ਹੁਣ ਕੁੱਲਰ ਵੀ ਜਿਹੜੇ ਖਾ ਰਹੇ ਨੇ ਵੀਰ ਜੀ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ, ਪਹਿਲੀਆਂ ਤਸਵੀਰਾਂ ਤੁਹਾਨੂੰ ਖਾ ਰਹੇ ਅੰਮ੍ਰਿਤਸਰ ਦੀਆਂ, ਚਾਹਵਾਂ ਪੀ ਲਈਆਂ ਵੀਰ ਨੇ ਅਤੇ ਹੁਣ ਕੁੱਲਰ ਜਿਹੜਾ ਉਹ ਖਾਧਾ ਜਾ ਰਿਹਾ ਵਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਅਤੇ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦੀਆਂ ਯੂਟੀ ਮਾਰਕੀਟ ਦੀਆਂ, ਅਤੇ ਜਿੱਥੇ ਕਿ ਚਾਹ ਦੇ ਸ਼ੌਕੀਨ ਵਾਸਤੇ ਜਿਹੜੀ ਖਬਰ ਆ, ਚਾਹ ਤਾਂ ਤੁਸੀਂ ਅਕਸਰ ਸਾਡੇ ਜਿਹੜੇ ਪੰਜਾਬੀ ਨੌਜਵਾਨ ਨੇ ਜਾਂ ਪੰਜਾਬੀ ਨੇ, ਸੋ ਦਿਨ ਦੀ ਜਿਹੜੀ ਸ਼ੁਰੂਆਤ ਨੇ ਉਹ ਚਾਹ ਤੋਂ ਕਰਦੇ ਨੇ, ਠੀਕ ਹੈ ਨਾ? ਅਤੇ ਕਹਿੰਦੇ ਚਾਹ ਤੋਂ ਬਿਨਾਂ ਜਿਹੜੀ ਆ ਪੰਜਾਬੀ ਅੱਖਾਂ ਨਹੀਂ ਖੁੱਲ੍ਹਦੀਆਂ। ਚਾਹ ਤਾਂ ਤੁਸੀਂ ਬੜੀ ਪੀਤੀ ਹੋਊਗੀ, ਪਰ ਅੱਜ ਤੁਹਾਨੂੰ ਚਾਹ ਪਿਆਵਾਂਗੇ ਨਹੀਂ, ਚਾਹ ਖਵਾਵਾਂਗੇ ਵੀ। ਜੀ ਹਾਂ, ਮੈਂ ਗੱਲ ਕਰ ਰਿਹਾ ਅੰਮ੍ਰਿਤਸਰ ਦੇ ਯੂਟੀਆ ਮਾਰਕੀਟ ਦੀ, ਕਾਕਾ ਚਾਹ ਵਾਲਾ ਜਿਹੜਾ ਕਿ ਲੋਕਾਂ ਨੂੰ ਚਾਹ ਪਿਆਉਂਦਾ ਨਹੀਂ, ਚਾਹ ਖਵਾਉਂਦਾ ਵੀ ਆ। ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ, ਚਾਹੇ ਪੀਓ ਅਤੇ ਕੱਪ ਖਾਓ। ਤੁਸੀਂ ਦੇਖ ਸਕਦੇ ਵੀ ਕੁੱਲਰ ਚਾਹ ਪੀਂਦੇ ਅਸੀਂ ਅਤੇ ਚਾਹ ਵਾਲਾ ਕੁੱਲਰ ਜਿਹੜਾ ਸੁੱਟ ਦਿੰਦੇ ਹਾਂ, ਪਰ ਕਾਕੇ ਚਾਹ ਵਾਲਾ ਜਿਹੜਾ ਕਿ ਕੁੱਲਰ ਜਿਹੜਾ ਚਾਹ ਵਾਲਾ ਉਹ ਚਾਹ ਪੀਣ ਦੇ ਨਾਲ ਨਾਲ ਕੁੱਲਰ ਖਾਧਾ ਵੀ ਆਉਂਦਾ ਵਾ। ਤੁਸੀਂ ਦੇਖ ਸਕਦੇ ਹੋ ਬੜੀ ਖਿੱਚ ਦਾ ਕੇਂਦਰ ਹੈ, ਦੋਵੇਂ ਨੌਜਵਾਨ ਨੇ ਬੜੀ ਹਿੰਮਤ ਦੇ ਨਾਲ ਜਿਹੜਾ ਨੌਜਵਾਨਾਂ ਨੇ ਕਾਰੋਬਾਰ ਸ਼ੁਰੂ ਕੀਤਾ, ਛੋਟਾ ਸੈਟਅਪ ਲਾਇਆ ਵਾ UTI ਮਾਰਕੀਟ ਜਿਹੜਾ ਕਿ ਯੂਨੀਵਰਸਿਟੀ ਦੇ ਸਾਹਮਣੇ ਆ, ਅਤੇ ਅਕਸਰ ਮੁੰਡੇ ਕੁੜੀਆਂ ਦਾ ਇੱਥੇ ਨੌਜਵਾਨਾਂ ਦਾ ਆਉਣਾ ਜਾਣਾ ਹੁੰਦਾ, ਅਤੇ ਲੋਕ ਜਿਹੜੇ ਪੰਜਾਬੀ ਜਿਹੜੇ ਨੇ ਚਾਹ ਨੂੰ ਪਸੰਦ ਵੀ ਕਰਦੇ ਨੇ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਜਿਹੜਾ ਕਿ ਕੁੱਲਰ ਚਾਹ ਜਿਹੜਾ ਕਿ ਇਹਨੂੰ ਦਿੱਤੀ ਜਾ ਰਹੀ ਹੈ ਨੌਜਵਾਨਾਂ ਨੂੰ, ਅਤੇ ਗੱਲਬਾਤ ਵੀ ਕਰਾਂਗੇ ਵੀਰਾਂ ਦੇ ਨਾਲ, ਇਹ ਜਿਹੜੇ ਵੀਰ ਨੇ ਇਹਨਾਂ ਕੋਲ ਆਏ ਨੇ ਵੀ ਚਾਹ ਪੀਣ ਦੇ ਨਾਲ ਨਾਲ ਜਿਹੜੇ ਕਿ ਚਾਹ ਖਾਣਗੇ ਵੀ। ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਨੌਜਵਾਨ ਚਾਹ ਪੀਣ ਦੇ ਨਾਲ ਨਾਲ ਇਹ ਕੁੱਲਰ ਨੂੰ ਖਾਣਗੇ ਵੀ, ਗੱਲਬਾਤ ਕਰਾਂਗੇ ਵੀਰਾਂ ਦੇ ਨਾਲ ਵੀ। ਹਾਂਜੀ ਵੀਰ ਜੀ, ਕੀ ਨਾਂ ਜੀ? ਨਾਂ ਮੇਰਾ ਜੀ ਅਰਸ਼ਪ੍ਰੀਤ ਸਿੰਘ ਜੀ। ਅਰਸ਼ਪ੍ਰੀਤ ਜੀ, ਚਾਹ ਪੀ ਰਹੇ ਕੁਝ ਆ, ਹੁਣ ਚਾਹ ਖਾਓਗੇ ਨਾਲ ਵੀ? ਇਹਦੇ ਪੀ ਰਹੇ ਹਾਂ ਅਤੇ ਇਹਨੂੰ ਥੋੜ੍ਹਾ ਜਿਹਾ ਪੀ ਕੇ ਫਿਰ ਖਾਵਾਂਗੇ ਵੀ ਚਾਹ ਨੂੰ, ਜਿਹੜਾ ਵੀਰ ਉਹਨਾਂ ਨੇ ਕੰਸੈਪਟ ਕੱਢਿਆ ਨਵਾਂ, ਚਾਹ ਪੀਓ ਅਤੇ ਕੱਪ ਖਾਓ, ਅਤੇ ਉਹ ਅਸੀਂ ਚਲੋ ਟਰਾਈ ਕਰਦੇ ਹਾਂ ਇਹਨੇ ਕੀ ਹਿਸਾਬ ਬਣਦਾ। ਕਿਸ ਤਰ੍ਹਾਂ ਸੈਟਅਪ ਲੱਗਾ ਸੀ ਦੇਖਿਆ ਵੀ ਜ਼ਿਆਦਾਤਰ ਚਾਹ ਪੀਂਦੇ ਹਾਂ ਅਤੇ ਕੁੱਲਰ ਜਿਹੜਾ ਸੁੱਟ ਦਿੰਦੇ ਹਾਂ, ਪਰ ਇਹ ਜਿਹੜਾ ਕੁੱਲਰ ਕਹਿੰਦੇ ਖਾ ਵੀ ਸਕਦੇ ਹਾਂ, ਕਿਸ ਤਰ੍ਹਾਂ ਸੈਟਅਪ ਲੱਗਾ ਅਤੇ ਕਿੱਥੋਂ ਦਾ ਜਿਹੜਾ ਇਹਨੇ ਜਹਿਨ ਜਾਇਆ ਜੀ? ਇਹ ਮੈਨੂੰ ਵਧੀਆ ਲੱਗੀ ਚੀਜ਼ ਵੀਰ ਉਹਨਾਂ ਦੀ, ਵੀ ਆਪਾਂ ਜਿੱਦਾਂ ਹੁਣ ਇਹਨਾਂ ਪਲਾਸਟਿਕ ਜਿਹੜਾ ਵੇਸਟ ਆ ਉਹ ਵੀ ਘੱਟਦਾ ਵਾ ਆਪਣੇ ਜਿਹੜਾ ਇਨਵਾਇਰਮੈਂਟ, ਉਹਦੇ ਵਾਸਤੇ ਵਧੀਆ ਚੀਜ਼ ਆ ਵੀ ਪਲਾਸਟਿਕ ਘਟੂਗਾ, ਅਤੇ ਬਾਕੀ ਇਹ ਆ ਵੀ ਚਾਹ ਪੀਤੀ ਆ ਨਾਲ ਕੁਝ ਖਾ ਲਿਆ, ਸਵਾਦ ਦੇ ਤੌਰ 'ਤੇ ਵਧੀਆ ਚੀਜ਼ ਆ। ਜੀ ਲੱਗਦਾ ਵੀ ਇਸ ਤਰ੍ਹਾਂ ਦਾ ਸੈਟਅਪ ਜਿਹੜਾ ਪਹਿਲੀ ਵਾਰੀ ਦੇਖਿਆ ਵਾ, ਅਸੀਂ ਦੇਖਿਆ ਵੱਡੇ ਵੱਡੇ ਰੈਸਟੋਰੈਂਟ ਆ, ਵੱਡੇ ਵੱਡੇ ਹੋਟਲ ਆ, ਉੱਥੇ ਇਸ ਤਰ੍ਹਾਂ ਸੈਟਅਪ ਨਹੀਂ ਦੇਖਣ ਨੂੰ ਮਿਲਦਾ, ਇਹ ਜਿਹੜੇ ਦੋ ਵੀਰ ਨੇ ਵੱਖਰਾ ਸੈਟਅਪ ਲੈ ਕੇ ਆਏ ਨੇ। ਹਾਂਜੀ ਹਾਂਜੀ, ਮੈਂ ਪੁੱਛਿਆ ਵੀਰ ਉਹਨਾਂ ਨਾਲ ਗੱਲ ਕੀਤੀ ਅਤੇ ਉਹ ਆਖਣ ਦੇ ਕਿ ਖਰੇ ਪੰਜਾਬ 'ਚ ਪਹਿਲਾਂ ਇਹ ਸਭ ਤੋਂ ਵੀਰ ਉਹਨਾਂ ਨੇ ਸਟਾਰਟਅਪ ਕੀਤਾ ਵਾ, ਅਤੇ ਵਧੀਆ ਚੀਜ਼ ਚਲੋ ਹੈ ਨਾ ਵੀਰ ਉਹਨਾਂ ਦਾ ਸੋਚਿਆ ਵਾ,
ਤੇ ਆਪਣੀ ਵਧੀਆ ਕਰਨ ਡੇ ਆ। ਚਾਹ ਦੀ ਗੱਲ ਕਰੀਏ, ਚਾਹ ਦੀ ਤੁਸੀਂ ਸਿਪ ਪੀਤੀ ਆ, ਕਿਸ ਤਰ੍ਹਾਂ ਚਾਹ ਲੱਗਾ ਕਿ ਲੱਗਦਾ ਵੀ ਪੂਰਾ ਪੰਜਾਬੀ ਜਿਵੇਂ ਮੈਂ ਕੀਤਾ ਚਾਹ ਦੇ ਸ਼ੌਕੀਨ ਹੁੰਦੇ ਨੇ, ਪੂਰੀ ਚਾਹ ਜਿਹੜੀ ਆ ਤੜਕ ਫੜਕ ਵਾਲੀ ਆ? ਚਾਹ ਵੀ ਪੂਰੇ ਮਤਲਬ ਕੋਕੇ ਕੱਢੀ ਆ, ਜਿਹਨਾਂ ਆਪਾਂ ਮੋਸ਼ਮ ਕਹਿ ਦਿੰਦੇ ਹਾਂ ਨਾ, ਉਹ ਵਾਲੀ ਚਾਹ ਹੀ ਆ। ਅਤੇ ਵਧੀਆ ਵੀਰ ਹੋਣਾ ਦਾ ਹਿਸਾਬ ਕਿਤਾਬ, ਉੱਦਾਂ ਵੀ ਜਿਹੜਾ ਸੁਭਾਅ ਬੜਾ ਵਧੀਆ ਵੀਰ ਹੋਣਾ ਦਾ, ਆਪਾਂ ਦੋ ਤਿੰਨ ਵਾਰੀ ਮਿਲੇ ਇਹਨਾਂ ਨਾਲ, ਹੈ ਨਾ, ਅਤੇ ਵਧੀਆ ਗੱਲ ਕਰਦੇ ਆ। ਕਹਿਣਾ ਕਿ ਚਾਹੋ ਜਿਹੜੇ ਯੂਟੀ ਮਾਰਕੀਟ 'ਚ ਮੈਂ ਜਿਵੇਂ ਗੱਲ ਕੀਤੀ ਵੀ ਮੁੰਡੇ ਨੌਜਵਾਨ ਮੁੰਡੇ ਕੁੜੀ ਦੇ ਆਉਣ ਜਾਣ ਦਾ ਵਾ, ਕੀ ਸੁਨੇਹਾ ਦੇਣਾ ਚਾਹੋਗੇ ਆਪਣੇ ਵੱਲੋਂ? ਮੈਂ ਤਾਂ ਇਹ ਕਹੂੰਗਾ ਜਿਹੜੇ ਹੁਣ ਵੀਰ ਦੂਜੇ ਆਉਂਦੇ ਆ ਨਾ ਸਾਰੇ, ਇਹਨਾਂ ਕੋਲ ਇੱਕ ਵਾਰੀ ਜ਼ਰੂਰ ਆਉਣ, ਇੱਕ ਵਾਰੀ ਚਲੋ ਸਾਡੇ ਕਹਿੰਦੇ ਟਰਾਈ ਕਰਨ, ਅਤੇ ਬਾਅਦ 'ਚੋਂ ਜੇ ਉਹਨਾਂ ਨੂੰ ਵਧੀਆ ਲੱਗੂਗੀ ਫਿਰ ਉਹਨਾਂ ਨੇ ਆਪੇ ਆਇਆ ਕਰਨਾ, ਵਧੀਆ ਉਹਨਾਂ ਨੂੰ ਲੱਗਣੀ ਹੈ ਚਾਹ, ਕੰਸੈਪਟ ਵਧੀਆ ਵਾ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਅੱਜ ਜਿਹੜੇ ਕਿ ਕਾਕਾ ਚਾਹ ਵਾਲੇ ਕੋਲ ਲੋਕਾਂ ਦੀ ਜਿਹੜੀ ਕਿ ਭੰਬਾਰ ਮੱਚੀ ਪਈ ਆ, ਲੋਕ ਵੱਡੀ ਤਾਦਾਦ ਵਿੱਚ ਇਹਨਾਂ ਕੋਲ ਚਾਹ ਪੀਣ ਵਾਸਤੇ ਆ ਰਹੇ ਨੇ, ਅਤੇ ਗੱਲਬਾਤ ਕਰਾਂਗੇ ਕਾਕੇ ਚਾਹ ਵਾਲੇ ਦੇ ਨਾਲ, ਅਤੇ ਪੁੱਛਾਂਗੇ ਸਾਰਾ ਸੈਟਅਪ ਕਿਸ ਤਰ੍ਹਾਂ ਲੈ ਕੇ ਆਏ ਨੇ। ਅਤੇ ਹਾਂਜੀ ਕਾਕਾ ਚਾਹ ਵਾਲਾ ਜੀ, ਬੜੀ ਕਹਿੰਦੇ ਮਸ਼ਹੂਰ ਹੋ ਗਏ, ਲੋਕ ਦੂਰ ਦੁਰਾਡੇ ਤੋਂ ਆ ਕੇ ਤੁਹਾਡੇ ਕੋਲ ਚਾਹਵਾਂ ਪੀਣ ਆਉਂਦੇ ਨੇ, ਕਿਸ ਤਰ੍ਹਾਂ ਜਹਿਨ ਚਾਹ ਵੀ ਇਹ ਸੈਟਅਪ ਖੋਲ੍ਹਿਆ ਜਾਵੇ? ਮਸ਼ਹੂਰ ਤਾਂ ਚਲੋ ਮੈਂ ਨਹੀਂ ਕਹੂੰਗਾ, ਆਪਾਂ ਮਸ਼ਹੂਰ ਨਹੀਂ ਹੋਏ, ਉਹਦੇ ਮਾਲਕ ਦੀ ਰਜਾ ਵਾ ਜੀ। ਆਪ ਦੋ ਚਾਰ ਵੀਰ ਭਰਾ ਆਈ ਜਾਂਦੇ ਆ, ਤੁਸੀਂ ਆਈ ਜਾਂਦੇ, ਜਿੰਨੀ ਮਿਹਰਬਾਨੀ ਆ, ਇਹ ਤਾਂ ਮੇਰੇ ਵੱਡੇ ਬ੍ਰਦਰ ਦੀ ਸਾਰੀ ਮਿਹਰਬਾਨੀ ਆ। ਉਹਨਾਂ ਨੇ ਮਤਲਬ ਆਈਡੀਆ ਉਹਨਾਂ ਨੇ ਕਲਿੱਕ ਕੀਤਾ ਸੀ, ਅਤੇ ਉਹਨਾਂ ਨੇ ਸੈਟਅਪ ਦੱਸਿਆ ਸਾਰਾ ਆਵਲਾ, ਅਹਿਮਦਾਬਾਦ ਗਏ ਸੀ, ਉਹਨਾਂ ਨੇ ਕਲਿੱਕ ਕੀਤਾ ਉੱਥੋਂ ਆਈਡੀਆ ਵਾਲਾ। ਇਹ ਪੰਜਾਬ ਦੀ ਗੱਲ ਕਰੀਏ, ਅੰਮ੍ਰਿਤਸਰ ਦੀ ਗੱਲ ਕਰੀਏ, ਇਕੱਲਾ ਸੈਟਅਪ ਤੁਹਾਡੇ ਕੋਲ ਹੀ ਆ ਕਿ ਜਾਂ ਹੋਰ ਹੀ ਕਿਸ ਤਰ੍ਹਾਂ ਕੋਈ ਚਾਹ ਬਣਾਉਂਦਾ ਜਿਹੜਾ ਚਾਹ ਪਿਉਣ ਦੇ ਨਾਲ ਨਾਲ ਚਾਹ ਖਵਾਉਂਦਾ ਵੀ ਆ? ਤਾਂ ਮੇਰੇ ਹਿਸਾਬ ਨਾਲ ਤਾਂ ਹਾਲੇ ਤੱਕ ਕੋਈ ਵੀ ਨਹੀਂ ਹੈਗਾ, ਜਾਂ ਤੁਸੀਂ ਵੀ ਇੰਨੇ ਮਤਲਬ ਬਣਾਉਂਦੇ ਰਹੇ, ਤੁਹਾਨੂੰ ਕੋਈ ਲੱਭਾ ਨਹੀਂ ਹੋਏਗਾ, ਅਤੇ ਮੈਨੂੰ ਆਪ ਨਹੀਂ ਲੱਭਾ, ਸ਼ਾਇਦ ਸਾਡਾ ਹੀ ਪਹਿਲਾ ਸੈਟਅਪ ਆ। ਮੈਨੂੰ ਇਸ ਤੋਂ ਵੀ ਚਾਹ ਜਿਹੜੀ ਤਿਆਰ ਕਰਦੇ ਹੋ, ਕੋਈ ਵੱਖਰੀ ਤਰ੍ਹਾਂ ਦੇ ਫਲੇਵਰ ਹੁੰਦੇ ਕਿ ਜਾਂ ਆਮ ਚਾਹ ਦੀ ਤਰ੍ਹਾਂ ਹੀ ਜਿਹੜੇ ਚਾਹ ਤਿਆਰ ਕਰਦੇ ਹੋ? ਨਹੀਂ ਸਰ, ਸਾਡੀ ਮੇਨ ਪਟਾਕਾ ਬੱਤੀ ਹੈਗੀ ਜੀ, ਸਭ ਤੋਂ ਮੇਨ ਤੁਹਾਡੇ ਮਸਾਲੇ, ਤੁਹਾਡਾ ਸਪੈਸ਼ਲ ਮਸਾਲਾ ਅਤੇ ਚੋਕਲੇਟ ਫਲੇਵਰ ਅਤੇ ਕੱਪ। ਕੀ ਲੱਗਦਾ ਨਹੀਂ ਪਟਾਕਾ ਪੱਤੀ ਵਰਤਦੇ ਨਾਲ ਜਦੋਂ ਚਾਹ ਪੀਂਦਾ ਅਤੇ ਅਗਲੇ ਦੇ ਪਟਾਕੇ ਨਿਕਲ ਜਾਂਦੇ ਨੇ? ਇਹ ਭਾਈ ਸਿਰ ਦਰਦ ਦੂਰ ਕਰੇਗੀ ਇਹੋ ਜਿਹੀ ਚਾਹ, ਪਟਾਕੇ ਆਪਣੇ ਆਪ ਹੀ ਪੈਣਗੇ, ਤੁਸੀਂ ਸਹੀ ਗੱਲ ਕਹੀ ਆ। ਹਾਂਜੀ, ਅਤੇ ਮੈਨੂੰ ਦੱਸੋ ਵੀ ਤੁਹਾਡੀ ਜੋੜੀ ਦੋਵਾਂ ਦੀ ਆ, ਦੋਵੇਂ ਭਰਾ ਲੱਗਦੇ ਜੇ, ਕਿ ਤੁਹਾਡੇ ਵਿੱਚੋਂ ਕਾਕਾ ਕੌਣ ਆ? ਕਾਕਾ ਮੈਂ ਹੀ ਆ ਜੀ, ਇਹ ਮੇਰਾ ਭਤੀਜਾ ਜੀ ਆਰੀਆ। ਤੁਹਾਡਾ ਭਤੀਜਾ ਵਾ, ਅਤੇ ਫਿਰ ਕੀ ਲੱਗਦਾ ਨਹੀਂ ਚਾਚਾ ਭਤੀਜਾ ਦੁਕਾਨ ਰੱਖਣਾ ਚਾਹੀਦਾ, ਤੁਸੀਂ ਕਾਕਾ ਚਾਹ ਨਾ ਰੱਖਿਆ? ਨਹੀਂ, ਇਹਦਾ ਹਾਲੇ ਕਲੀਅਰ ਨਹੀਂ ਸੀ ਨਾ ਕਿ ਇਹ ਮੇਰੇ ਨਾਲ ਹੀ ਲੱਗੇਗਾ, ਇਸ ਕਰਕੇ ਅਤੇ ਫਿਰ ਮੈਂ ਆਪਣਾ ਨਾਮ ਹੀ ਲਿਖਵਾਇਆ ਜੋ ਵਾਲਾ। ਹਾਂਜੀ, ਅਤੇ ਮੈਨੂੰ ਦੱਸੋ ਵੀ ਯੂਟੀਊਬ ਮਾਰਕੀਟ ਦੇ ਬਾਹਰ ਖੜ੍ਹੇ ਆ, ਸੈਟਅਪ ਲਾਈਨ ਨੂੰ ਕਿੰਨਾ ਚਿਰ ਹੋ ਗਿਆ, ਲੋਕਾਂ ਵੱਲੋਂ ਕਿੰਨਾ ਕੁ ਪਿਆਰ ਮਿਲ ਰਿਹਾ ਤੁਹਾਨੂੰ? ਸਰ, ਲੋਕਾਂ ਵੱਲੋਂ ਤਾਂ ਮਤਲਬ ਜਿੰਨੇ ਵੀਰ ਭਰਾ ਆਉਂਦੇ ਆ ਸਾਰੇ ਪਿਆਰ ਨਾਲ ਹੀ ਆ, ਮਤਲਬ ਸਾਰੇ ਵਧੀਆ ਰਿਸਪੋਂਸ ਦਿੰਦੇ ਸਾਨੂੰ, ਅਤੇ ਸੈਟਅਪ ਵੱਲੋਂ ਤਾਂ ਦੋ ਤਿੰਨ ਦਿਨ ਹੀ ਹੋਏ ਸਾਨੂੰ, ਜ਼ਿਆਦਾ ਦੇਰ ਨਹੀਂ ਹੋਈ ਹਾਲੇ। ਹਾਂਜੀ, ਮੈਨੂੰ ਦੱਸੋ ਵੀ ਅਸੀਂ ਦੇਖਿਆ ਵੀ ਇੱਥੇ ਜਿਹੜੀਆਂ ਸਲੋਗਨ ਬੜੀ ਵਧੀਆ ਲਿਖਾਏ ਨੇ, ਕੀ ਕੀ ਸਲੋਗਨ ਲਿਖਾਏ ਆ ਦਰਸ਼ਕਾਂ ਜੀ ਸਾਂਝਾ ਕਰਦੇ ਹੋ, ਅਤੇ ਜਹਿਨ ਕਿਸ ਤਰ੍ਹਾਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਜਿਹੜੀਆਂ ਲਿਖੀਆਂ ਜਾਣ? ਇਹ ਤਾਂ ਜੀ ਮੈਂ ਖੁਦ ਆਪ ਲਿਖਦਾ ਵੀ ਹਾਂ, ਅਤੇ ਸਿੱਧੂ ਭਾਈ ਹੋਣਾਂ ਦਾ ਬਹੁਤ ਵੱਡੇ ਫੈਨ ਆ, ਮੇਰੇ ਭਰਾ ਹੋਣੀ ਵੀ ਅਤੇ ਮੈਂ ਵੀ, ਅਤੇ ਇਹ ਬਸ ਗਾਣਿਆਂ ਦੇ ਹੀ ਹੈਗੇ ਜੀ ਆ, ਸੈਲਫ ਸਟਾਰਟ ਨੇ ਸਰੀਰ ਜੱਟਾਂ ਦੇ, ਅਤੇ ਸੈਲਫ ਦਾ ਕੰਮ ਸਾਡੀ ਚਾਹ ਕਰਦੀ। ਹਾਂਜੀ, ਤੁਸੀਂ ਦੇਖ ਸਕਦੇ ਹੋ ਵੀ ਸਿੱਧੂ ਬਾਈ ਦੇ ਫੈਨ ਨੇ, ਅਤੇ ਬੜੇ ਸੋਹਣੇ ਜਿਹੜੇ ਸਵੀਰ ਨੇ ਸਲੋਗਨ ਲਿਖੇ ਹੋਏ ਨੇ, ਅਤੇ ਤੁਸੀਂ ਦੇਖ ਸਕਦੇ ਹੋ ਵੀ ਵੀਰ ਜਿਹੜਾ ਚਾਹ ਪੀਣ ਦੇ ਨਾਲ ਨਾਲ ਜਿਹੜੇ ਕਿ ਹੁਣ ਕੁੱਲਰ ਵੀ ਜਿਹੜੇ ਖਾ ਰਹੇ ਨੇ ਵੀਰ ਜੀ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਪਹਿਲੀਆਂ ਤਸਵੀਰਾਂ ਤੁਹਾਨੂੰ ਖਾ ਰਹੇ ਅੰਮ੍ਰਿਤਸਰ ਦੀਆਂ, ਚਾਹਵਾਂ ਪੀ ਲਈਆਂ ਵੀਰ ਨੇ, ਅਤੇ ਹੁਣ ਕੁੱਲਰ ਜਿਹੜਾ ਉਹ ਖਾਧਾ ਜਾ ਰਿਹਾ ਵਾ, ਜਿਵੇਂ ਵੀਰਾਂ ਨੇ ਕਿਹਾ ਸੀ ਵੀ ਚਾਹ ਪੀਓ ਅਤੇ ਕੁੱਲਰ ਜਿਹੜਾ ਉਹ ਤੁਸੀਂ ਚਾਹ ਖਾ ਵੀ ਸਕਦੇ ਹੋ, ਚਾਹ ਤਾਂ ਪੀ ਲਈ, ਹੁਣ ਚਾਹ ਖਾਧੀ ਵੀ ਜਾ ਰਹੀ ਆ, ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ, ਗੱਲਬਾਤ ਕਰਾਂਗੇ ਵੀਰ ਦੇ ਨਾਲ ਵੀ, ਚਾਹ ਤਾਂ ਪੀ ਲਈ ਹੁਣ ਚਾਹ ਖਾ ਰਹੇ ਹੋ, ਵਾਕਈ ਸੱਚ ਹੋ ਗਿਆ? ਹਾਂਜੀ ਹਾਂਜੀ, ਸੱਚ ਹੋ ਗਿਆ। ਕਦੀ ਸੋਚਿਆ ਸੀ ਵੀ ਇਸ ਤਰ੍ਹਾਂ ਦੀ ਵੀ ਚਾਹ ਪੀਣ ਦੇ ਨਾਲ ਨਾਲ ਚਾਹ ਖਾਣ ਨੂੰ ਮਿਲੂਗੀ? ਨਹੀਂ ਨਹੀਂ, ਇਹ ਪਹਿਲੀ ਵਾਰੀ ਕੋਨਸੈਪਟ ਵੇਖਿਆ, ਕੋਨਸੈਪਟ ਨਵਾਂ ਹੈ, ਅਤੇ ਵਧੀਆ ਵੀਰ ਨਾਲ ਕੰਮ ਕੀਤਾ ਸਗੋਂ। ਇੰਡੀਆ ਦੇ ਅੰਮ੍ਰਿਤਸਰ 'ਚ ਵੱਡੇ ਰੈਸਟੋਰੈਂਟ ਆ, ਹੋਟਲ ਨੇ, ਇੰਡੀਆ ਦੀਆਂ ਵੱਡੀਆਂ, ਤੁਸੀਂ ਵਿਆਹ ਸ਼ਾਦੀ ਅਟੈਂਡ ਕੀਤੀਆਂ ਹੋਣਗੀਆਂ, ਕਦੀ ਦੇਖਿਆ ਇਸ ਦਾ ਸੈਟਅਪ ਕਰੀ? ਨਹੀਂ ਨਹੀਂ, ਪਹਿਲੀ ਵਾਰੀ ਵੇਖਿਆ, ਨਵਾਂ ਵਾ ਪੂਰੇ, ਮਤਲਬ ਮੇਰੇ ਹਿਸਾਬ ਨਾਲ ਪੂਰੇ ਇੰਡੀਆ 'ਚ ਸ਼ਾਇਦ ਕਿੰਨਾ ਪਹਿਲਾਂ ਕੀਤਾ, ਪਹਿਲੀ ਵਾਰੀ ਵੇਖਿਆ, ਨਾ ਹੀ ਸੁਣਿਆ ਸੀ ਕਦੀ ਇਹਦੇ ਬਾਰੇ। ਲੱਗਦਾ ਹੁਣ ਯੂਟੀਊਬ ਮਾਰਕੀਟ ਵਿੱਚ ਇਹਨਾਂ ਦਾ ਸੈਟਅਪ ਜਿਹੜਾ ਉਹ ਵੱਧ ਤੋਂ ਵੱਧ ਚੱਲੇਗਾ ਵੀ? ਹਾਂਜੀ ਚੱਲੇਗਾ, ਕਿਉਂਕਿ ਨਵਾਂ ਕੰਸੈਪਟ ਆ, ਸਾਰੇ ਜ਼ਰੂਰ ਇੱਕ ਵਾਰੀ ਅਟਰੈਕਟ ਤਾਂ ਜ਼ਰੂਰ ਹੋਣਗੇ।
ਹਾਂਜੀ ਹੁਣ ਕਿੰਨਾ ਕੁ ਲੋਕ ਪਸੰਦ ਵੀ ਕਰ ਰਹੇ ਆ ਤੁਸੀਂ ਦੋਵੇਂ ਭਰਾ ਆਏ ਜੇ ਪਹਿਲੀ ਵਾਰੀ ਆਏ ਜੇ ਕਿ ਅੱਗੇ ਵੀ ਕਦੀ ਆਏ ਜੇ ਇਹਨਾਂ ਕੋਲ? ਮੈਂ ਤਾਂ ਪਹਿਲੀ ਵਾਰੀ ਆਇਆ, ਵੀਰ ਆਇਆ ਪਹਿਲਾਂ ਇੱਕ ਦੋ ਵਾਰੀ ਆਇਆ, ਜਿੱਦਣ ਇਹਨਾਂ ਦੀ ਸ਼ੋਪ ਦੀ ਓਪਨਿੰਗ ਸੀ ਪਹਿਲੇ ਕਸਟਮਰ ਇਹੋ ਹੀ ਸੀਗੇ। ਅਤੇ ਤੁਸੀਂ ਹੁਣ ਗਾਂਹ ਵੀ ਆਓਗੇ ਚਾਹ ਪੀਣ ਦੇ ਨਾਲ ਨਾਲ ਚਾਹ ਖਾਓਗੇ ਵੀ? ਹਾਂਜੀ ਹਾਂਜੀ ਜ਼ਰੂਰ ਆਵਾਂਗੇ। ਹਾਂਜੀ ਸਾਡੇ ਦਰਸ਼ਕ ਦੇਖ ਰਹੇ ਤੁਹਾਨੂੰ, ਖਾਸ ਕਰਕੇ ਅੰਮ੍ਰਿਤਸਰ ਦੇ ਲੋਕ ਨੇ ਜਿਹੜੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਆਪਣੇ ਵੱਲੋਂ, ਕੀ ਅਪੀਲ ਕਰਨਾ ਚਾਹੋਗੇ? ਵੀ ਇੱਕ ਵਾਰੀ ਵੀ ਇੱਥੇ ਆਣ ਕੇ ਇਹਨਾਂ ਵੀਰਾਂ ਦਾ ਵੀ ਨਵਾਂ ਇਹਨਾਂ ਕੋਈ ਕੋਸ਼ਿਸ਼ ਕੀਤੀ ਨਵੀਂ, ਵੀ ਜ਼ਰੂਰ ਇਹਨਾਂ ਨੂੰ ਇੱਕ ਵਾਰੀ ਉਹ ਮੌਕਾ ਦਿਓ, ਇੱਕ ਵਾਰੀ ਸੇਵਾ ਦਾ, ਇੱਕ ਵਾਰੀ ਇਹਨਾਂ ਦੀ ਚਾਹ ਜ਼ਰੂਰ ਟਰਾਈ ਕਰੋ। ਠੀਕ ਹੈ, ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਇਹਨਾਂ ਵੱਲੋਂ ਜਿਹੜੀ ਕਿ ਚਾਹ ਪਿਉਣ ਦੇ ਨਾਲ ਨਾਲ ਚਾਹ ਖਵਾਈ ਵੀ ਜਾਣੀ ਸੀ, ਅਤੇ ਵੱਖ ਵੱਖ ਤਰ੍ਹਾਂ ਦੇ ਜਿਹੜੇ ਫਲੇਵਰ ਨੇ ਚਾਹ ਦੇ ਇੱਥੇ ਲੋਕ ਖਾ ਵੀ ਰਹੇ ਨੇ। ਤੁਸੀਂ ਦੇਖ ਸਕਦੇ ਹੋ ਵੱਖ ਵੱਖ ਤਸਵੀਰਾਂ ਵਿੱਚ ਜਿਹੜਾ ਕਿ ਨੌਜਵਾਨਾਂ ਨੇ ਚਾਹ ਪਿਉਣ ਦੀ ਗੱਲ ਕੀਤੀ ਜਾ ਰਹੀ ਸੀ, ਚਾਹ ਪਿਉਣ ਦੇ ਨਾਲ ਨਾਲ ਜਿਹੜੀ ਕਿ ਚਾਹ ਖਵਾਦੀ ਵੀ ਜਾ ਰਹੀ ਆ, ਅਤੇ ਨੌਜਵਾਨਾਂ ਦਾ ਕਹਿਣਾ ਵੀ ਵੱਖਰਾ ਜਿਹੜਾ ਕੰਸੈਪਟ ਲੈ ਕੇ ਆਏ ਨੇ ਨੌਜਵਾਨ ਕਾਕਾ ਚਾਹ ਵਾਲਾ ਅੰਮ੍ਰਿਤਸਰ ਦੀ UTA ਮਾਰਕੀਟ ਦੇ ਸਾਹਮਣੇ ਜਿਹੜੀ ਕਿ ਲਗਾਈ ਗਈ ਆ ਅੰਮ੍ਰਿਤਸਰ UTA ਮਾਰਕੀਟ ਵਿੱਚ, ਅਤੇ ਲੋਕਾਂ ਵੱਲੋਂ ਵੀ ਬਹੁਤ ਪਸੰਦ ਕੀਤੀ ਜਾ ਰਹੀ ਹੈ, ਖਾਸ ਕਰਕੇ ਨੌਜਵਾਨ ਵੱਲੋਂ, ਜਿੱਥੇ ਕਿ ਮੈਂ ਦੱਸਿਆ ਵੀ ਪੰਜਾਬੀ ਚਾਹ ਦੇ ਸ਼ੌਕੀਨ ਹੁੰਦੇ ਨੇ, ਸਵੇਰੇ ਉੱਠਦੇ ਆ ਜਿਹੜਾ ਕਿ ਚਾਹ ਮਿਲਣੀ ਚਾਹੀਦੀ ਆ, ਅਤੇ ਚਾਹ ਦੇ ਨਾਲ ਨਾਲ ਇਹਨਾਂ ਨੂੰ ਜਿਹੜਾ ਕਿ ਚਾਹ ਖਾਣ ਵਾਸਤੇ ਮਿਲੇਗੀ। ਅਤੇ ਕਾਕਾ ਜੀ ਆਪਣਾ ਟਾਈਮਿੰਗ ਦੱਸ ਦਿਓ, ਕੀ ਟਾਈਮਿੰਗ ਹੁੰਦੀ ਆ, ਕਿੰਨੇ ਵਜੇ ਆਉਂਦੇ ਜੀ? ਟਾਈਮਿੰਗ ਸਰ ਆਪਣੀ ਹੈਗੀ ਆ ਸਵੇਰੇ 9 ਤੋਂ 9-10 ਵਜੇ ਤੋਂ ਲੈ ਕੇ ਰਾਤੀ 9-10 ਵਜੇ ਤੱਕ। ਛੁੱਟੀ ਵਗੈਰਾ ਕੋਈ? ਛੁੱਟੀ ਵਗੈਰਾ ਤਾਂ ਸੰਡੇ ਦੀ ਹੁੰਦੀ ਜੀ ਬਸ ਆਪਣੀ। ਹਾਂਜੀ ਸੰਡੇ ਨਹੀਂ ਜਮਾਨ, ਬਾਕੀ ਦਿਨ ਖੁੱਲ੍ਹੀ ਹੁੰਦੀ ਹੈ। ਹਾਂਜੀ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਵੱਖ ਵੱਖ ਤਰ੍ਹਾਂ ਦੀ ਜਿਹੜੀ ਇਹਨਾਂ ਵੱਲੋਂ ਚਾਹ ਪਿਆਰੀ ਜਾ ਰਹੀ ਆ, ਖਾਸ ਕਰਕੇ ਸਿੱਧੂ ਬਾਈ ਦੇ ਜਿਹੜੇ ਬਹੁਤ ਵੱਡੇ ਫੈਨ ਨੇ, ਅਤੇ ਸਾਡੀ ਦਰਸ਼ਕਾਂ ਨੂੰ ਅਪੀਲ ਹੈ ਵੀ ਜਦੋਂ ਕਿਤੇ ਅੰਮ੍ਰਿਤਸਰ ਸਾਹਿਬ ਆਓ ਅਤੇ UTA ਮਾਰਕੀਟ ਆ ਕੇ ਚਾਹ ਦੇ ਜਿਹੜੇ ਸ਼ੌਕੀਨ ਲੋਕ ਨੇ ਉਹ ਚਾਹ ਜ਼ਰੂਰ ਪੀ ਕੇ ਜਾਣ। ਮੈਨੂੰ ਦਿਓ ਜਾਤ, ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਅੰਮ੍ਰਿਤਸਰ ਤੋਂ।